ਮੀਂਹ ਥੇਰ ਸਾਹਿਬ। ਹੁਣ ਮੈਨੂੰ ਪਹਿਲਾਂ ਤਾਂ ਸੀਗਾ ਸ਼ਾਇਦ ਛੋਲੇ ਕੁਲਚੇ ਵਾਲੀ ਕਹਾਣੀ ਇਹਦੀ ਝੂਠੀ ਹੋਣੀ, ਹੁਣ ਮੈਨੂੰ ਵਿਸ਼ਵਾਸ ਹੋ ਗਿਆ ਕਿ ਉਹ ਠੀਕ ਹੀ ਠੀਕ ਹੈ ਜੋ ਮੈਂ ਆਖਿਆ ਸੀ। ਹੈ ਤਾਂ ਇਹਦੀ ਵੀਡੀਓ ਵੀ ਮੇਰੇ ਕੋਲ, ਮਗਰ ਮੈਂ ਰਿਲੀਜ਼ ਕਰੂੰਗਾ 27 'ਚ, ਨਹੀਂ ਤਾਂ ਇਹਨੇ ਹੋਟਲ ਵਾਲਾ ਬੰਦ ਕਰਾ ਦੇਣਾ। ਮਗਰ ਮੈਂ ਟਾਈਮ ਦੱਸ ਦਿੰਦਾ, 3:05 'ਤੇ ਉੱਥੇ ਛੋਲੇ ਕੁਲਚੇ ਖਾਧੇ ਸੀ, ਮੈਂ ਟਾਈਮ ਟੂਈਮ ਵੇਖ ਆਇਆ ਸੀ, ਸਾਰਾ ਕੁਝ ਵੇਖ ਆਇਆ ਸੀ। ਹੁਣ ਵੀਡੀਓ ਨਹੀਂ ਦੇ ਸਕਦਾ, ਮਜਬੂਰੀ ਆ, ਮਗਰ ਆਹ ਛੋਲੇ ਕੁਲਚੇ ਵਾਲਾ ਕਿਸ ਤਰ੍ਹਾਂ ਝੂਠ ਬੋਲਣ ਡਿਆ ਯਾਰ, ਦੱਸੋ ਇਹ ਇਮਾਨਦਾਰ ਹੋ ਗਿਆ? ਕਹਿੰਦਾ ਇਹਦੇ ਨਾਲ ਬਲ ਮਿਲੂ, ਇਹ ਸੰਗਲ ਤਾਂ ਪੈ ਗਿਆ ਭਾਈ ਸਾਹਿਬ ਨੂੰ, ਤਾਲਾ ਲੱਗ ਗਿਆ ਭਾਈ ਸਾਹਿਬ ਨੂੰ ਲਾ ਗਿਆ, ਉਹ ਤਾਲਾ ਅਤੇ ਸੰਗਲ ਹੋਰ ਕਿਸੇ ਦੇ ਕੰਮ ਨਹੀਂ ਆਇਆ, ਇੱਧਰ ਜ਼ਰੂਰ ਕੰਮ ਆ ਗਿਆ। ਜਿਹੜਾ ਬੰਦਾ, ਕਿਹੜੀ ਤਰੀਕ ਸੀ, ਮੈਂ ਤੈਨੂੰ ਕਿਹਾ ਸੀ ਤਰੀਕ ਦੱਸੀ, ਆਹ 7 ਮਾਰਚ ਨੂੰ ਐਡਾ ਲੰਮਾ ਚੌੜਾ ਭਾਸ਼ਣ ਸਰਕਾਰ ਦੇ ਉੱਟ ਦੇ ਰਿਹਾ ਸੀ, ਉਹਨੂੰ ਕੀ ਇਹ ਜਿਹਾ ਵਿਖਾਇਆ? ਆ ਵਿਖਾਈ ਫਾਈਲ ਕਿ ਪੁੱਤ ਬੰਦੇ ਦਾ ਪੁੱਤ ਬਣ ਜਾ, ਨਹੀਂ ਤਾਂ ਤੇਰਾ ਕੰਮ ਹੋਇਆ ਖੜਾ। ਵੇਖੋ, ਜੇਲ੍ਹ ਤੋਂ ਡਰਦਿਆਂ ਫੋਰਜਰੀ ਕੀਤੀ ਸੀ, ਔਰ ਕੱਟਣ ਇਮਾਨਦਾਰ ਵਾਲੇ ਵੀ ਜਵਾਬ ਦੇਣ ਨਾ ਕਿ ਜਿਹਦੇ 'ਚ ਇਨਕੁਆਇਰੀ ਰਿਪੋਰਟ ਤੁਹਾਡੀਆਂ, ਸ਼ਿਕਾਇਤ ਕਰਤਾ ਤੁਹਾਡਾ ਹਰਮਿੰਦਰ ਸੰਧੂ ਹਲਕਾ ਇੰਚਾਰਜ ਆਪ, ਉਹ ਸ਼ਿਕਾਇਤ ਕਰਤਾ, ਲੋਕ ਸ਼ਿਕਾਇਤ ਕਰਤਾ, ਗਰੀਬ ਲੋਕ ਸ਼ਿਕਾਇਤ ਕਰਤਾ, ਮਤਲਬ ਬੈਨੀਫਿਸ਼ਰੀ ਸ਼ਿਕਾਇਤ ਕਰਤਾ, DC ਨੂੰ ਤੁਸੀਂ ਅੱਜ 3 ਚਾਰਜ ਦੇਤੇ, ਉਹਦੀ ਇਨਕੁਆਇਰੀ ਰਿਪੋਰਟ। ਫਿਰ ਮੈਂ ਅਗਲੀ ਪੜ੍ਹਦਿਆਂ, ਇਹ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਤੋਂ DC ਨੂੰ, ਹੁਸ਼ਿਆਰਪੁਰ ਨੂੰ 30/9/22 ਨੂੰ ਚਿੱਠੀ ਲਿਖੀ ਗਈ ਹੈ। ਮੈਂ ਅਖੀਰਲੀ ਲਾਈਨ ਹੀ ਪੜ੍ਹ ਦੂੰਗਾ, ਮਿਤੀ 1/9/22 ਮਾਨਯੋਗ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਜਲੰਧਰ ਜੀ ਨੂੰ ਭੇਜਿਆ ਜਾ ਚੁੱਕਿਆ। ਅਗਲੀ ਕਾਰਵਾਈ ਲਈ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਫ਼ਤਰ ਭੇਜਿਆ ਜਾ ਚੁੱਕਿਆ। ਉਹ ਕੀ? ਉਹੀ ਐਪਲੀਕੇਸ਼ਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਲੀਗਲ ਐਕਸ਼ਨ ਅਗੇਂਸਟ ਡਾਕਟਰ ਰਾਜ ਕੁਮਾਰ MLA ਆਫ ਚੱਬੇਵਾਲ ਕੋਂਸਟੀਟੂਐਂਸੀ, ਕਰੋੜਾਂ ਰੁਪਈਆਂ ਦਾ ਘਵਲਾ ਕਰਨ ਵਾਸਤੇ। ਮਤਲਬ ਕਿ DGP ਦੇ ਨੋਟਿਸ 'ਚ ਵੀ, DIG ਨੇ ਵੀ ਇਨਕੁਆਇਰੀ ਰਿਪੋਰਟ ਕਰਤੀ, ਮਤਲਬ ਸਾਰੀ ਜਗ੍ਹਾ ਇਨਕੁਆਇਰੀ ਰਿਪੋਰਟਾਂ ਇਹਦੇ ਉਲਟ ਜਾ ਰਹੀਆਂ। ਫਿਰ ਅਗਲੀ ਚਿੱਠੀ, DC ਹੁਸ਼ਿਆਰਪੁਰ ਹੁਣ ਕਿਹਨੂੰ ਲਿਖ ਰਿਹਾ? ਪ੍ਰਮੁੱਖ ਸਕੱਤਰ ਯੋਜਨਾਬੰਦੀ ਵਿਭਾਗ ਪਲੈਨਿੰਗ, ਕਿਉਂਕਿ ਪੈਸੇ ਪਲੈਨਿੰਗ 'ਚੋਂ ਆਏ ਸੀ, ਉਹਨੂੰ ਚਿੱਠੀ ਲਿਖਤੀ। ਔਰ ਅਖੀਰ 'ਚ ਕੀ ਲਿਖ ਰਿਹਾ? ਸ਼੍ਰੀ ਰਾਜ ਕੁਮਾਰ MLA ਚੱਬੇਵਾਲ ਜੀ ਵੱਲੋਂ ਮਿਤੀ 20/5/22 ਨੂੰ ਨਿਮਨ ਹਸਤਾਖਰ ਨੂੰ ਮੈਮੋਰੈਂਡਮ ਦਿੱਤਾ ਸੀ, ਕਾਪੀ ਨੱਥੀ। ਇਸ ਸੰਬੰਧ ਵਿੱਚ ਨਿਮਨ ਹਸਤਾਖਰ ਵੱਲੋਂ MLA ਸਾਹਿਬਾਨ ਜੀ ਨੂੰ ਭੇਜਿਆ ਜਵਾਬ ਦੀ ਕਾਪੀ ਵੀ ਨਾਲ ਨੱਥੀ ਕੀਤੀ ਜਾਂਦੀ ਹੈ। ਉਕਤ ਰਾਸ਼ੀ ਪਹਿਲਾਂ ਹੀ ਡਿਪਟੀ ਕਮਿਸ਼ਨਰ ਜੀ ਦੇ ਸਮੇਂ ਦੌਰਾਨ ਦਿੱਤੀ ਗਈ ਸੀ, ਇਸ ਲਈ ਇਸ ਸੰਬੰਧ ਵਿੱਚ ਨਿਮਨ ਹਸਤਾਖਰ ਵੱਲੋਂ ਟਿੱਪਣੀ ਕਰਨੀ ਨਹੀਂ। ਮਗਰ ਉਹਨੇ ਵਿੱਚ ਕੀ ਲਿਖਿਆ? ਉਹੀ ਫੋਰਜਰੀ, ਉਹਦੀ ਸਾਰੀ ਫੋਰਜਰੀ ਹਾਈਲਾਈਟ ਕੀਤੀ ਹੈ। ਫਿਰ ਅਗਲੀ ਚਿੱਠੀ, ਇਹ ਲਿਖ ਰਿਹਾ ਜੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ 16/11/22 ਨੂੰ ਅਗੇਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਲੀਗਲ ਐਕਸ਼ਨ ਅਗੇਂਸਟ MLA ਚੱਬੇਵਾਲ। ਮਤਲਬ ਇੱਕ ਚਿੱਠੀ ਨਹੀਂ, ਵੀਡੀਓ ਲਿਖ ਰਿਹਾ, ਇੱਕ ਵੀਡੀਓ ਨਹੀਂ ਦੋ ਵੀਡੀਓ ਲਿਖ ਰਿਹਾ, ਹੁਸ਼ਿਆਰਪੁਰ ਟੂ ਮਹਿਲਪੁਰ, ਫਿਰ DC ਲਿਖ ਰਿਹਾ, ਫਿਰ DGP ਦੇ ਧਿਆਨ 'ਚ ਆ ਰਿਹਾ। ਮਗਰ ਇਹ ਜਿਹਾ ਕਿਹੜਾ ਅਨਮੋਲ ਹੀਰਾ ਸੀ? ਇਹ ਤਾਂ ਮੈਨੂੰ ਲੱਗਦਾ ਸਿੰਗਲੇ ਸਾਹਿਬ ਤੋਂ ਵੀ ਕੀਮਤੀ ਹੀਰਾ।